ਮੈਨੂੰ ਅੱਜ ਸਵੇਰੇ ਹੀ ਸਰਪੰਚ ਸਾਹਿਬ ਦੀ ਕਾਲ ਆਈ ਹੈ ਕਿ ਸਕੂਲ ਵਿੱਚ ਰਾਤ ਦੀ ਚੋਰੀ ਹੋ ਚੁੱਕੀ ਹੈ, ਅਤੇ ਹੁਣ ਮੈਂ ਮੌਕੇ 'ਤੇ ਆ ਕੇ ਦੇਖਿਆ ਹੈ ਅਤੇ ਉਹਦੇ ਵਿੱਚ ਸਾਡੇ ਸਕੂਲ ਦਾ ਪ੍ਰੋਜੈਕਟਰ, LED ਸੀਗੀ, ਕੰਪਿਊਟਰ ਸੈੱਟ ਹੈ, ਉਹਦੇ ਨਾਲ 2 ਕੀਬੋਰਡ ਸੀਗੇ, ਅਤੇ ਸਕੂਲ ਦੇ ਅਲਮਾਰੀਆਂ ਵਿੱਚੋਂ ਵੀ ਸਾਰਾ ਸਮਾਨ ਕੱਢ ਕੇ ਫਰੋਲਿਆ ਗਿਆ ਹੈ, ਅਤੇ ਸਕੂਲ ਦੇ ਜਿਹੜੇ ਲੋਕ ਹੈ ਉਹ ਵੀ ਚੰਗੀ ਤਰ੍ਹਾਂ ਤੋੜ ਕੇ ਕੀਤੀ ਗਈ ਹੈ, ਅਤੇ ਹੋਰ ਵੀ ਸਮਾਨ ਦੀ ਅਸੀਂ ਦੇਖ ਰਹੇ ਹਾਂ, ਛੋਟਾ ਮੋਟਾ ਸਮਾਨ ਬਾਕੀ ਵੀ ਚੋਰੀ ਕੀਤਾ ਜਾ ਚੁੱਕਿਆ ਆ, ਬੱਚਿਆਂ ਦੇ ਨਾਲ ਰਿਲੇਟਿਡ ਹੈਗਾ ਆ, ਅਤੇ ਮੈਂ ਇਸ ਸੰਬੰਧੀ ਆਪਣੇ SHO ਸਰ ਨਾਲ ਵੀ ਕੰਪਲੇਂਟ ਕੀਤੀ ਹੈ, 102 ਨੰਬਰ 'ਤੇ ਵੀ ਕਾਲ ਕਰ ਦਿੱਤੀ ਗਈ ਹੈ, 12 ਨੰਬਰ 'ਤੇ ਵੀ ਕਾਲ ਕਰ ਦਿੱਤੀ ਗਈ ਹੈ, ਅਤੇ ਰਿਟਰਨ ਵਿੱਚ ਹੁਣ ਸਰਪੰਚ ਸਾਹਿਬ ਨੂੰ ਵੀ ਦੇ ਦਿੱਤਾ ਗਿਆ ਹੈ, ਇਸ ਸੰਬੰਧੀ ਮੈਂ ਆਪਣੇ ਦਫ਼ਤਰ ਵੀ ਰਿਪੋਰਟ ਕਰ ਚੁੱਕੀ ਹਾਂ। ਮੈਮ ਕਿੰਨਾ ਟੋਟਲ ਲੱਗਦਾ ਨੁਕਸਾਨ? ਸਰ ਜੀ ਇਹ 1.5-2 ਲੱਖ ਦੇ ਨੇੜੇ ਤੇੜੇ ਹੈਗਾ, ਕਿਉਂਕਿ 60-70 ਹਜ਼ਾਰ ਦਾ ਤਾਂ ਪ੍ਰੋਜੈਕਟਰ ਹੀ ਹੈ, ਬਾਕੀ ਕੰਪਿਊਟਰ ਹੈਗਾ, LED ਹੈਗੀ ਹੈ, 1.5-2 ਲੱਖ ਦੇ ਵਿੱਚ। ਪਹਿਲਾਂ ਤਾਂ ਮੈਮ ਕਦੀ ਇੱਥੇ ਇਦਾਂ ਕੋਈ ਗੱਲਬਾਤ ਹੋਈ ਸਕੂਲ? ਸਰ ਪਹਿਲਾਂ ਵੀ ਮੇਰੇ ਆਉਣ ਤੋਂ ਮੈਨੂੰ ਹਜੇ ਸਾਲ ਹੀ ਹੋਇਆ ਜੁਆਇਨ ਕੀਤੇ ਨੂੰ, ਤੇ ਤੋਂ ਪਹਿਲਾਂ ਵੀ ਕਹਿੰਦੇ ਸਿਲੰਡਰ ਵਗੈਰਾ ਤੋਂ ਹੋਰ ਫਿਲਟਰ ਸੀਗਾ, ਉਹ ਸਮਾਨ ਵੀ ਚੋਰੀ ਹੋ ਚੁੱਕਾ ਹੈ। ਪ੍ਰਸ਼ਾਸਨ ਤੋਂ ਕੀ ਮੰਗ ਹੈ? ਸਰ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਸਕੂਲਾਂ ਵਿੱਚ ਕੋਈ ਚੌਕੀਦਾਰ ਕੀਤਾ ਜਾਵੇ, ਤਾਂ ਜਿਹੜਾ ਸਕੂਲ ਦਾ ਨੁਕਸਾਨ ਹੋਇਆ ਉਸ ਸੰਬੰਧੀ ਕੋਈ ਹੈਲਪ ਕੀਤੀ ਜਾਵੇ, ਕਿ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਅੱਗੇ ਤੋਂ ਵਾਧਾ ਨਾ ਆਵੇ। ਮੇਰਾ ਨਾਮ ਰਜਵੰਤ ਕੌਰ ਆ, ਮੈਂ ਇੱਥੇ ਸਾਹਿਬ ਦੇ ਪਿੰਡ BLO 229 ਨੰਬਰ ਬੂਥ ਨੰਬਰ ਆ ਇਹ, ਤੇ ਇੱਥੇ ਸਵੇਰੇ ਅੱਜ ਸਾਡੀ ਟ੍ਰਾਇਲ ਸੀਗੀ 9:30 ਵਜੇ ਕੈਮਰਿਆਂ ਦੀ, ਤੇ ਮੈਂ 9:30 ਵਜੇ ਲਿਆਉਣਾ ਸੀ, ਤੇ 9 ਵਜੇ ਸਰਪੰਚ ਸਾਹਿਬ ਦਾ ਫੋਨ ਆ ਗਿਆ ਮੈਨੂੰ ਕਿ ਸਕੂਲੇ ਚੋਰੀ ਹੋ ਗਈ ਆ, ਤੇ ਉਸੇ ਟਾਈਮ ਹੀ ਜਦੋਂ ਅਸੀਂ ਸਕੂਲ ਆਣ ਕੇ ਦੇਖਿਆ ਤੇ ਸਾਡਾ ਕੈਮਰਾ ਵੀ ਜਿਹੜਾ ਸੀਗਾ ਚੋਣ ਕਮਿਸ਼ਨ ਦਾ ਕੈਮਰਾ ਚੋਰੀ ਸੀਗਾ, ਇੱਥੇ ਹੈ ਨਹੀਂ ਸੀਗਾ। ਇਲਾ ਉਹੀ ਸਮਾਨ ਕੈਮਰਾ ਚੋਰੀ ਹੋਇਆ ਜਾਂ ਹੋਰ ਵੀ ਸਮਾਨ ਚੋਰੀ ਹੋਇਆ? ਇਹ ਬਾਕੀ ਜਿਹੜਾ ਸੀਗਾ ਸਕੂਲ ਦਾ ਸਮਾਨ ਸੀਗਾ, ਸਾਡਾ ਜਿਹੜਾ ਕੈਮਰਾ ਹੀ ਸੀਗਾ ਉਹੀ ਚੋਰੀ ਹੋਇਆ ਇੱਥੇ, ਤਾਂ ਇਹਦੇ ਬਾਰੇ ਜਿਹੜੀ ਰਿਪੋਰਟ ਆ ਅਸੀਂ ਉਹ ਆਪਣੇ ਦੇ ਦਿੱਤੀ ਆਫਿਸ ਦੇ ਵਿੱਚ, ਹਾਂਜੀ SDM ਦਫ਼ਤਰ ਰਿਪੋਰਟ ਦੇ ਦਿੱਤੀ, ਉੱਪਰ ਵੀ ਅਸੀਂ ਚੋਣ ਕਮਿਸ਼ਨ ਤੱਕ ਵੀ ਜਿਹੜੀ ਸਾਡੀ ਰਿਪੋਰਟ ਪਹੁੰਚ ਗਈ ਹੈ ਵੀ ਕੈਮਰਾ ਚੋਰੀ ਹੋ ਗਿਆ ਸਾਡਾ। ਹਾਂਜੀ ਮੈਂ ਸਰਪੰਚ ਚਰਨਜੀਤ ਸਿੰਘ ਸਾਹਿਬ ਦਾ ਪਿੰਡ। ਕੀ ਗੱਲਬਾਤ ਹੋਈ ਜੀ? ਗੱਲ ਇਸ ਤਰ੍ਹਾਂ, ਕੱਲ੍ਹ ਰਾਤ ਅੱਜ ਰਾਤ 29/5 ਨੂੰ ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਚੋਰਾਂ ਨੇ ਆਣ ਕੇ ਭੰਨ ਤੋੜ ਕੀਤੀ ਹੈ, ਜਿਹਦੇ ਵਿੱਚ ਕਾਫੀ ਨੁਕਸਾਨ ਜਿਹੜਾ ਹੋ ਗਿਆ, ਜਿਹਦੇ ਵਿੱਚ ਸਾਡਾ ਸਮਾਨ ਜਿਹੜਾ ਗਿਆ, ਕੰਪਿਊਟਰ ਸੈੱਟ, ਕੀਬੋਰਡ 2 ਸੈੱਟ, CPU, LCD, ਪ੍ਰੋਜੈਕਟਰ ਸੈੱਟ, ਅਲਮਾਰੀਆਂ ਦੀ ਭੰਨ ਤੋੜ, ਪੰਪ ਦਰਵਾਜ਼ੇ ਦੀ ਭੰਨ ਤੋੜ, ਅਤੇ ਹੋਰ ਛੋਟਾ ਮੋਟਾ ਸਮਾਨ ਜਿਹੜਾ ਚੋਰੀ ਹੋਇਆ। ਇੱਕ ਇਲੈਕਸ਼ਨ ਕਮਿਸ਼ਨ ਦਾ ਕੈਮਰਾ ਪਰਸੋਂ ਹੀ ਲਾ ਕੇ ਗਏ ਨੇ, ਉਹ ਵੀ ਰਾਤ ਚੋਰੀ ਕਰਕੇ ਲੈ ਗਏ ਨੇ। ਤੁਹਾਨੂੰ ਕਿਵੇਂ ਪਤਾ ਲੱਗਾ? ਸਾਨੂੰ ਇੱਦਾਂ ਕਿ ਸਾਡਾ ਇਹ ਮੁੰਡਾ ਇੱਥੇ ਕੰਮ ਕਰਦੇ ਨੇ ਸਾਫ਼ ਸਫਾਈ ਦਾ ਨਾ ਸਕੂਲ ਦੇ ਵਿੱਚ, ਇਹ ਸਾਫ਼ ਸਫਾਈ ਕਰਕੇ ਤੇ ਅੱਜ ਇੱਥੋਂ ਕੋਲੋਂ ਲੰਘ ਰਹੇ ਸੀ, ਤੇ ਇਹਨਾਂ ਨੇ ਵੇਖਿਆ ਕਿ ਦਰਵਾਜ਼ੇ ਖੁੱਲ੍ਹੇ ਨੇ, ਜਦੋਂ ਦਰਵਾਜ਼ੇ ਖੁੱਲ੍ਹੇ ਵੇਖ ਕੇ ਤੇ ਅੱਗੇ ਹੋਇਆ, ਇਹਨੇ ਵੇਖੇ ਤੇ ਮੈਨੂੰ ਫੋਨ ਕਰਤਾ, ਮੈਂ ਸਰਪੰਚ ਨੂੰ ਫੋਨ ਕੀਤਾ ਪਿੰਡ ਵਾਲੇ, ਮੈਨੂੰ ਕਹਿੰਦੇ ਵੀ ਸਕੂਲ ਦੇ ਵਿੱਚ ਚੋਰੀ ਹੋ ਗਈ ਹੈ, ਤੇ ਮੈਂ ਆਣ ਕੇ ਦੇਖਿਆ ਵਾਕਈ ਜਿਹੜਾ ਸਾਡਾ ਸਮਾਨ ਸੀ ਸਕੂਲ ਦਾ ਉਹ ਚੋਰੀ ਕਰਕੇ ਚੋਰ। ਮੇਰੇ ਹਿਸਾਬ ਨਾਲ ਤੇ 1 ਲੱਖ ਤੋਂ ਉੱਪਰ ਦਾ ਸਮਾਨ ਹੋਣਾ। ਸਰਕਾਰ ਕੋਲੋਂ ਮੰਗ ਕੀਤੀ ਜਾਂਦੀ ਕਿ ਇਹੋ ਜਿਹੜੇ ਜਿਹੜੇ ਨਸ਼ਈ ਬੰਦੇ ਨੇ ਜਿਹੜੇ ਇਹੋ ਜਿਹੇ ਕੰਮ ਕਰ ਰਹੇ ਨੇ ਉਹਨਾਂ ਨੂੰ ਨੱਥ ਪਾਈ ਜਾਵੇ, ਤਾਂ ਕਿ ਉਹਨਾਂ ਨੂੰ ਸਖ਼ਤ ਸਜ਼ਾ ਮਿਲੀ ਜਾਵੇ ਮਿਲੇ, ਤਾਂ ਕਿ ਮੁੜ ਕੇ ਅੱਗੇ ਕਿਤੇ ਹੋਰ ਇਹੋ ਜਿਹਾ ਕੰਮ ਨਾ ਕਰਨ। ਇਹਦੀ ਕੰਪਲੇਂਟ ਮਤਲਬ ਕਿ ਅੱਗੇ ਫੋਨ ਰਾਹੀਂ ਕਰ ਦਿੱਤੀ ਹੈ, ਪਰ ਹੁਣ ਮੈਂ ਬਾਈ ਹੈਂਡ ਲੈ ਕੇ ਕਿਉਂਕਿ ਆਪਣੇ ਥਾਣੇ ਜਾ ਰਹੇ ਹਾਂ ਮਕੇਰੀਆਂ।